ਹੁੰਦਾ ਸੋਸ਼ਲ ਮੀਡੀਆ ਤੇ ਲੇਕਿਨ ਅਸੀਂ ਗੱਲ ਕਰਨ ਲੱਗੇ ਅੱਜ ਅਸੀਂ ਡਰਾਇਕ ਹੋਏ ਆ ਤੇ ਉਹ ਵੀ ਬਿਮਾਰ ਹੋ ਗਿਆ ਇਹ ਉਹਨੂੰ ਪਤਾ ਵੀ ਨਹੀਂ ਹੁੰਦਾ ਸੀ ਸਾਡੇ ਫਲੈਟ ਦੇ ਵਿੱਚ ਕੌਣ ਕੌਣ ਆਉਂਦਾ ਸੀ ਬਾਈ ਜੀ ਕੌਣ ਦੇ ਹੁੰਦਾ ਟੱਕਰੇ ਯਾਰ ਟੱਕਰੇ ਸਾਲਾ ਦਲਾਲ ਜਾਂ ਦੱਲਾ ਜਾਂ ਸੌਦੇ ਮਾਰਨਾ ਟੱਕਰੇ ਦਲਾਲ ਹੀ ਟੱਕਰੇ ਇਹਦੀ ਯਾਰੀ ਤੋਂ ਮਾਰੀ ਹੈ ਵੈਲਕਮ ਆ ਜੀ ਤੁਹਾਡਾ ਸਾਡੇ ਵਲੌਗ ਦੇ ਵਿੱਚ ਅੱਜ ਅਸੀਂ ਗੱਡੀ ਦੇ ਵਿੱਚ ਹੀ ਵਲੌਗ ਸਟਾਰਟ ਕਰ ਲਿਆ ਹੈ ਕਿ ਨਹੀਂ ਅਤੇ ਵਧੀਆ ਦਿਨ ਚੜ੍ਹਿਆ ਧੁੱਪ ਚੜ੍ਹ ਗਈ ਲੇਕਿਨ ਸਵੇਰ ਦੇ ਵੱਜ ਗਿਆ 10 ਆਈ ਸਪੋਜ਼ ਟੂ ਬੀ ਸਲੀਪ ਬਟ ਕੀ ਕਰੀਏ ਕੰਮ ਧੰਦੇ ਚੱਲਦੇ ਆ ਦਿਨੇ ਮੈਂ ਸੌਣਾ ਹੁੰਦਾ ਰਾਤ ਨੂੰ ਮੈਂ ਜਾਗਣਾ ਹੁੰਦਾ ਡਿਊਟੀ ਦਾ ਕੰਮ ਹੈ ਨਾ ਅਤੇ ਲੇਕਿਨ ਆਪਾਂ ਨੂੰ ਹੈਗੀ ਛੁੱਟੀ ਇਸ ਕਰਕੇ ਡੇ ਦੇ ਵਿੱਚ ਸੌਣ ਦੀ ਜਗ੍ਹਾ ਅਸੀਂ ਚੱਲੇ ਹਾਂ ਕੰਮ ਥੋੜ੍ਹਾ ਜਿਹਾ ਇਹ ਤਾਂ ਚੱਲ ਨੋਰਮਲੀ ਇਹਦੀ ਡਿਊਟੀ ਡਾਟੀ ਆ ਕੰਮ ਧੰਦੇ ਮੇਰਾ ਹੀ ਆ ਬਸ ਇੱਕ ਜਿਹੜਾ ਚੱਕਰ ਪੈਂਦਾ ਹੁੰਦਾ ਉਦਾਂ ਦਾ ਉਹ ਸੁਣਾਓ ਤੁਸੀਂ ਕਿੱਦਾਂ ਸਾਰੇ ਗੱਲਬਾਤ ਜਿਹੜੇ ਸਾਡੇ ਫੈਨ ਆ ਮਤਲਬ ਜਿਹੜੇ ਦੋ ਚਾਰ ਫੈਨ ਸਾਡੇ ਨਾਲ ਜੁੜਦੇ ਹੁੰਦੇ ਆ ਸਾਡਾ ਵਲੌਗ ਦੇਖਦੇ ਉਹਨਾਂ ਲਈ ਬਹੁਤ ਬਹੁਤ ਥੈਂਕ ਯੂ ਧੰਨਵਾਦ ਅਤੇ ਗੱਲ ਇੱਦਾਂ ਪਿਛਲੇ ਕਾਫੀ ਦਿਨ ਅਸੀਂ ਦੋ ਤਿੰਨ ਦਿਨ ਮਤਲਬ ਥੋੜ੍ਹਾ ਬਿਜ਼ੀ ਰਹੇ ਹਾਂ ਅਤੇ ਵਲੌਗ ਕੰਟੀਨਿਊ ਕਰਨ ਦੀ ਟਰਾਈ ਹੁੰਦੀ ਹੈ ਲੇਕਿਨ ਚਲੋ ਫਿਰ ਵੀ ਜਿੰਨਾ ਸਾਡੇ ਤੋਂ ਹਿੰਮਤ ਵੱਜਦੀ ਅਸੀਂ ਘੋਲ ਮਾਰਨਾ ਸੀ ਬਾਈ ਜਿੱਦਾਂ ਟੈਕਸੀ ਵਾਲੇ ਅੰਨੇ ਵਾਂਗੂ ਭੱਜੀ ਜਾਂਦਾ ਮੂਹਰੇ ਅਤੇ ਦੁਬਈ 'ਚ ਆ ਕੇ ਰੋਲਾਂ 'ਤੇ ਨਾ ਭੱਜਿਆ ਕਰੋ ਸਮਝ ਗਏ ਹੋ ਬਚ ਗਿਆ ਬਚ ਗਿਆ ਇੱਥੇ ਬੰਦਾ ਅੜਾ ਤਾ ਨਾ ਜੇ ਤੁਸੀਂ ਪੈਡੀਸਟ੍ਰੀਅਨ 'ਤੇ ਨਹੀਂ ਹੈਗੇ ਤੁਹਾਨੂੰ ਮੁਆਵਜ਼ਾ ਨਹੀਂ ਮਿਲਣਾ ਨਾਲੇ ਦੂਜੇ ਬੰਦੇ ਦੇ ਦਿਨ ਖਰਾਬ ਕਰੋਗੇ ਦਿਹਾੜੀਆਂ ਖਰਾਬ ਉਹਦੀਆਂ ਟੁੱਟਣਗੀਆਂ ਹੈ ਨਾ ਅਤੇ ਉਹ ਸੁਣਾ ਆਪਣਾ ਵਲੌਗ ਦਾ ਅੱਜ ਟਾਈਟਲ ਹੈਗਾ ਜਿਹੜੀ ਮੇਨ ਗੱਲ ਆ ਦੁਬਈ ਦੀ ਯਾਰੀ ਤੋਂ ਮਾਰੀ ਹੈ ਅੱਛਾ ਦੁਬਈ ਦੀ ਯਾਰੀ ਦੇ ਕਿੱਸੇ ਕਿਹਨੂੰ ਕਿਹਨੂੰ ਪਤਾ ਦੁਬਈ ਦੀ ਯਾਰੀ ਦੇ ਬਾਰੇ ਕੌਣ ਕੌਣ ਜਾਣਦਾ ਜਿਹੜਾ ਇੱਥੇ ਬੰਦਾ ਰਹਿੰਦਾ ਉਹਨੂੰ ਪੱਕਾ ਪਤਾ ਨਾ ਦੁਬਈ ਦੀ ਯਾਰੀ ਕਿਹੋ ਜਿਹੀ ਹੈ ਤੈਨੂੰ ਪਤਾ ਕੁਛ ਹੈ ਨਾ ਤੱਤਾ ਠੰਡਾ ਭੈਣ ਚੋਦ ਹੈ ਨਾ ਮਤਲਬ ਇੰਨਾ ਇੰਨਾ ਕੁ ਦਿਲ ਭਰਿਆ ਹੋਇਆ ਨਾ ਦੁਬਈ ਦੀ ਯਾਰੀ ਦੇ ਸਪੈਸ਼ਲ ਆ ਵਲੌਗ ਬਣਾਉਣ ਲੱਗਿਆ ਦੁਬਈ ਦੀ ਯਾਰੀ ਤੇ ਟਾਈਟਲ ਵੀ ਇਹੀ ਹੋਣਾ ਯਾਰੀ ਇੱਥੇ ਕਾਹਦੀ ਯਾਰੀ ਜੇ ਮੈਂ ਕਹਿੰਦਾ ਅਸੀਂ ਭਾਈ ਨਾ ਹੁੰਦੇ ਅਸੀਂ ਇਕੱਠੇ ਨਾ ਹੁੰਦੇ ਬਸ ਹਿਸਾਬ ਲਾ ਇਸ ਹਨਾ ਯਾਰੀ ਯਾਰੀ ਹੁਣ ਹਿਸਾਬ ਲਾ ਲਓ ਵੀ ਅਸੀਂ ਸਾਰਾ ਦਿਨ ਇਕੱਠੇ ਕੱਢ ਦਿੰਦੇ ਹਾਂ ਫੈਮਿਲੀ ਆ ਸਾਡੀ ਬੱਚੇ ਆ ਇਹਦੇ ਬੱਚੇ ਆ ਮੇਰੇ ਬੱਚੇ ਆ ਹਨਾ ਅਸੀਂ ਤੇ ਸਾਡੇ ਨਾ ਯਾਰ ਦੋਸਤ ਨਹੀਂ ਵਿੱਚ ਆਉਂਦਾ ਬਣਦੇ ਹੀ ਨਹੀਂ ਔਰ ਯਾਰੀ ਦੋਸਤੀ ਜੋਗੇ ਹੈ ਹੀ ਨਹੀਂ ਹਨਾ ਤਾਂ ਜਾਂ ਤਾਂ ਬਣਾਈਏ ਚੱਜ ਦਾ ਕੋਈ ਬੰਦਾ ਟੱਕਰੇ ਯਾਰ ਟੱਕਰੇ ਸਾਲਾ ਦਲਾਲ ਜਾਂ ਦੱਲਾ ਜਾਂ ਸੌਦੇ ਮਾਰ ਨਾ ਟੱਕਰੇ ਦਲਾਲ ਹੀ ਟੱਕਰਦੇ ਆ ਸਾਰੇ ਹਨਾ ਦੁਬਈ ਦੇ ਵਿੱਚ ਤਾਂ ਤੁਹਾਨੂੰ ਸੁੱਟੜ ਬੂਟੜ ਲੁੱਟੜ ਟੱਕਰਨਗੇ ਸਾਰੇ ਦੁਬਈ ਦੇ ਵਿੱਚ ਇੱਕ ਮਿੰਟ ਮੈਂ ਥੋੜ੍ਹੀ ਕਾਲ ਦੇਖ ਲਾਂ ਸਾਡੇ ਆਪਣੇ ਕੰਮ ਦੀ ਨਹੀਂ ਹੈਗੀ ਅਤੇ ਦੁਬਈ ਦੇ ਵਿੱਚ ਤੁਹਾਨੂੰ ਦਲਾਲ ਚੋਰ ਭੈਣ ਚੋਦ ਬ੍ਰੋਕਰ ਇਹ ਸਾਰੇ ਟੱਕਰ ਜਾਣਗੇ ਯਾਰੀ ਦੋਸਤ ਦੇ ਰੂਪ 'ਚ ਯਾਰੀ ਦੋਸਤੀ ਦੇ ਲਿਬਾਸ ਦੇ ਵਿੱਚ ਯਾਰੀ ਦੋਸਤੀ ਦੇ ਲਿਬਾਸ ਦੇ ਵਿੱਚ ਇਹ ਸਾਰੇ ਟੱਕਰ ਜਾਣਗੇ ਲੇਕਿਨ ਤੁਹਾਨੂੰ ਯਾਰ ਨਹੀਂ ਟੱਕਰਨਾ ਠੀਕ ਆ ਅਤੇ ਯਾਰ ਇਹ ਅਗਰ ਆਪਾਂ ਕਹਿ ਦਈਏ ਚਲੋ ਨਹੀਂ ਬਾਈ ਸਾਡੇ ਯਾਰ ਵਧੀਆ ਨੇ ਤੁਹਾਨੂੰ ਮੈਂ ਗਰੰਟੀ ਦੇ ਦਿੰਦਾ ਥੋੜ੍ਹਾ ਟਾਈਮ ਦਿਓ ਜਿਹੜੇ ਤੁਹਾਡੇ ਯਾਰ ਦੋਸਤ ਨੇ ਥੋੜ੍ਹਾ ਮੋਟਾ ਟਾਈਮ ਇੱਧਰ ਉੱਧਰ ਤੁਹਾਡਾ ਹੋਣ ਦਿਓ ਹੋਣ ਥੱਲੇ ਉੱਪਰ ਥੱਲੇ ਹੋਣ ਅੱਜ ਅਗਰ ਤੁਹਾਡਾ ਚੰਗਾ ਟਾਈਮ ਇਹਨੂੰ ਥੋੜ੍ਹਾ ਉੱਪਰ ਥੱਲੇ ਹੋਣ ਦਿਓ ਫਿਰ ਦੇਖਿਓ ਯਾਰ ਫਿਰ ਦੇਖਿਓ ਯਾਰ ਆਏ ਬਦਲਦੇ ਆਏ ਹੈ ਨਾ ਇੱਥੇ ਤਾਂ ਇੱਕ ਸਭ ਤੋਂ ਪਹਿਲੀ ਗੱਲ ਮੈਂ ਦੱਸਦਾ ਤੁਹਾਨੂੰ ਬੰਦਾ ਉਦੋਂ ਕਾਲ ਕਰੂ ਜਦੋਂ ਉਹਨੂੰ ਤੁਹਾਡੇ ਥਾਂ ਕੋਈ ਮਤਲਬ ਆ ਸਪੈਸ਼ਲੀ ਠੀਕ ਆ ਜਦੋਂ ਤੁਹਾਨੂੰ ਕਾਲ ਕਰਨ ਦੀ ਲੋੜ ਪੈ ਗਈ ਉਹਨੂੰ ਹੈ ਨਾ ਕਾਲ ਕਰਨ ਦੀ ਲੋੜ ਪੈ ਗਈ ਉਹ ਤੁਹਾਨੂੰ ਕਾਲ ਹੀ ਨਹੀਂ ਚੱਕੂਗਾ ਤੁਹਾਡੀ ਪਹਿਲੀਆਂ ਇੱਕ ਦੋ ਕਾਲਾਂ ਅਟੈਂਡ ਕਰੂਗਾ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਯਾਰ ਇਹ ਬੰਦਾ ਐਂ ਕਰਕੇ ਵੀ ਜਾਂ ਇੱਦਾਂ ਆਉਂਦਾ ਹੈ ਨਾ ਕੋਈ ਥੋੜ੍ਹੀਆਂ ਕਾਲਾਂ ਚੱਕਣੀਆਂ ਉਹਨੇ ਬੰਦ ਕਰ ਦੇਣੀਆਂ ਅੱਛਾ ਫਿਰ ਉਹਦਾ ਇਹ ਬਹਾਨਾ ਹੋਣਾ ਵਾ ਕਿ ਬਾਈ ਯਾਰ ਮੇਰੀ ਤਬੀਅਤ ਥੋੜ੍ਹੀ ਖਰਾਬ ਸੀਗੀ ਤਾਂ ਕਰਕੇ ਰਿਪਲਾਈ ਨਹੀਂ ਕਰਾਂ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਕਿਹੜਾ ਭੈਣ ਚੋਦਾ ਜਿਹੜਾ ਵਟਸਐਪ ਇੱਕ ਇੱਕ ਸਕਿੰਟ ਬਾਅਦ ਨਹੀਂ ਦੇਖਦਾ ਪੰਜ ਛੇ ਦਿਨਾਂ ਬਾਅਦ ਫੋਨ ਕਰ ਦਿੰਦੇ ਆ ਵੀ
ਤਬੀਅਤ ਖਰਾਬ ਆ, ਸਾਰੇ ਹੀ ਦੇਖਦੇ ਨੇ, ਸਾਰੇ ਹੀ ਦੇਖਦੇ ਨੇ, ਇਹੋ ਜਿਹੀ ਕੋਈ ਗੱਲ ਨਹੀਂ, ਲੇਕਿਨ ਜਾਣ ਬੁੱਝ ਕੇ ਮੈਸੇਜ ਸੀਨ ਨਹੀਂ ਕਰਨਾ, ਨੋਟੀਫਿਕੇਸ਼ਨ ਦੇਖ ਲੈਣੀ ਆ ਗਈ ਸੀਨ ਨਹੀਂ ਕਰਨਾ, ਉਦੋਂ ਬਾਅਦ ਘੰਟੇ ਘੰਟੇ ਬਾਅਦ ਰਿਪਲਾਈ, ਮੇਰੀ ਆਦਤ ਨਹੀਂ ਹੈਗੀ ਇਹ, ਮੇਰੇ ਕੋਲ ਅਗਰ ਜਿਹਦਾ ਵੀ ਮੈਸੇਜ ਆਇਆ ਅਸੀਂ ਤੁਰੰਤ ਰਿਪਲਾਈ ਮੈਂ ਕਰਨਾ ਹੀ ਕਰਨਾ, ਮਤਲਬ ਵੀ ਰਹੀ ਨਹੀਂ ਹੁੰਦਾ ਯਾਰ ਚੱਲ ਬੰਦਾ ਕੋਈ ਵੇਟ ਕਰਦਾ ਹੋਣਾ, ਹੈ ਨਾ, ਸਾਡੇ ਨਾਲ ਤਾਂ ਹੋ ਗਈਆਂ ਬੀਤ ਗਈਆਂ, ਸਾਨੂੰ ਤਾਂ ਕੋਈ ਪਰਵਾਹ ਨਹੀਂ, ਅਸੀਂ ਤਾਂ ਫਿਰ ਅੱਜ ਪੈਰਾਂ 'ਤੇ ਸਟੈਂਡ ਹਾਂ, ਕੋਈ ਟੈਨਸ਼ਨ ਵਾਲੀ ਗੱਲ ਨਹੀਂ, ਰੱਖਿਆ ਉੱਪਰ ਵਾਲੇ ਨੇ ਜਿੱਥੇ ਰੱਖਣਾ ਸੀਗਾ, ਔਰ ਹਰੇਕ ਜਿਹੜਾ ਜਿੰਨਾ ਡਿਜ਼ਰਵ ਕਰਦਾ ਉਹਨੂੰ ਉੱਪਰ ਵਾਲਾ ਉੱਥੇ ਹੀ ਰੱਖਦਾ ਵਾ, ਲੇਕਿਨ ਤੁਹਾਡੇ ਕੰਨ ਖੋਲ੍ਹਣੇ ਅੱਖਾਂ ਖੋਲ੍ਹਣੀਆਂ ਬਹੁਤ ਜ਼ਰੂਰੀ ਆ, ਸਮਝ ਗਏ, ਯਾਰੀ ਦੋਸਤੀ ਉਹੀ ਹੋ ਗਈ ਜਿਹੜੇ ਤੁਸੀਂ ਸਕੂਲ ਦੇ ਵਿੱਚ ਤੁਹਾਡੇ ਯਾਰ ਬਣੇ ਹੋਏ ਨੇ, ਉਹੀ ਸਿਰਫ ਚਾਰ ਪੰਜ ਤਿੰਨ ਚਾਰ ਜਿਹੜੇ ਰਹਿ ਗਏ ਨੇ ਸ਼ਾਂਟੀ ਮਾਰ ਕੇ ਐਨ ਫਿਲਟਰ ਲਾ ਕੇ, ਉਹੀ ਰਹਿਣੇ, ਉਹ ਜਾਂ ਤੁਹਾਡੇ ਨਾਲ ਬਾਹਰ ਆ ਜਾਣ ਜਾਂ ਤੁਸੀਂ ਕਿਸੇ ਕੰਟਰੀ 'ਚੋਂ, ਉਹੀ ਤੁਹਾਡਾ ਹਾਲ ਚਾਲ ਪੁੱਛਣਗੇ ਅਗਰ ਉਹ ਤੁਸੀਂ ਕਨੈਕਸ਼ਨ ਦੇ ਵਿੱਚ ਹੈਗੇ ਹੋ, ਸਾਡੇ ਨਾਲ ਹੈਗੇ ਨੇ, ਹਾਲ ਚਾਲ ਪੁੱਛਿਆ ਜਾਂਦਾ ਵਾ, ਗੱਲਬਾਤ ਹੁੰਦੀ ਆ, ਤਿੰਨ ਚਾਰ ਕਿਨੇ ਗਿਣਤੀ ਦੇ ਫਿਲਟਰ ਲਾ ਕੇ ਲੱਗੇ ਹੋਏ ਨੇ, ਵਧੀਆ, ਅਤੇ ਅੱਜ ਕੱਲ੍ਹ ਖੜਨ ਖੜਾਉਣ ਦੀ ਗੱਲ ਜਦੋਂ ਆਪਾਂ ਟੱਪ ਜਾਂਦੇ ਹਾਂ 35, 36, 37 ਆਹ ਉਮਰ ਨੂੰ ਆ ਜਾਂਦੇ ਹਾਂ, ਉਦੋਂ ਫਿਰ ਖੜਨ ਖੜਾਉਣ ਦੀ ਗੱਲ ਯਾਰਾਂ ਦੋਸਤਾਂ 'ਚ ਨਹੀਂ ਹੁੰਦੀ, ਉਦੋਂ ਕਬੀਲਦਾਰ ਦੀ ਗੱਲ ਹੋਣ ਲੱਗ ਜਾਂਦੀ ਹੈ, ਹੈ ਨਾ, ਜੇ ਮੈਂ ਅੱਜ ਆਪਣੇ ਦੋਸਤਾਂ ਨੂੰ ਕਹਿ ਦਾ ਆਸਟ੍ਰੇਲੀਆ ਆਸਟ੍ਰੇਲੀਆ ਵਾਲਿਆਂ ਨੂੰ, ਹੈ ਨਾ, ਜਿਵੇਂ ਕਨੇਡਾ 'ਚ ਤੇਰੇ ਦੋਸਤ ਬੈਠੇ ਨੇ, ਉਹਨਾਂ ਨੂੰ ਬਈ ਯਾਰ ਬੰਦ ਮੇਰੀ ਲੜਾਈ ਹੋ ਗਈ ਆ ਜਾਓ ਖੜ ਜਾਓ, ਨਹੀਂ ਆ ਸਕਦੇ, ਕਬੀਲਦਾਰੀ ਨੂੰ ਸਾਰੇ ਪਏ ਹੋਏ ਨੇ, ਆਹ ਟਾਈਮ ਤੁਹਾਡਾ ਲੜਾਈ ਵਾਲਾ ਚਲਾ ਜਾਂਦਾ ਵਾ, ਇੱਕ ਉਹ ਥੋੜ੍ਹਾ ਪਾਰਟ ਹੁੰਦਾ ਛੋਟਾ ਜਦੋਂ ਕਹਿੰਦਾ ਯਾਰ ਮੈਂ ਆਪਦੇ ਦੋਸਤ ਨੂੰ ਫੋਨ ਕਹਿੰਦਾ ਇੰਨੇ ਆ ਕੇ ਖੜ ਗਏ ਯਾਰ ਮੇਰੇ ਨਾਲ, ਹੈ ਨਾ, ਉਹ ਉਦੋਂ ਦੀਆਂ ਗੱਲਾਂ, ਲੇਕਿਨ ਦੁਬਈ ਦੇ ਵਿੱਚ ਫਿਰ ਉੱਥੇ ਪੁਆਇੰਟ ਆ ਗਿਆ, ਦੁਬਈ ਦੇ ਵਿੱਚ ਯਾਰੀ ਲਾਉਣ ਤੋਂ ਪਹਿਲਾਂ ਤੁਸੀਂ 100 ਵਾਰੀ ਸੋਚਣਾ, ਯਾਰੀ ਨਾ ਲਾਓ ਪਹਿਲੀ ਗੱਲ, ਠੀਕ ਆ, ਇੱਥੇ ਮੰਗਿਆ ਪੈਸਾ ਕਿਸੇ ਨੂੰ ਉਧਾਰਾ ਨਹੀਂ ਦੇਣਾ, ਦੂਜੀ ਗੱਲ ਮੰਗਿਆ ਪੈਸਾ ਕਿਸੇ ਨੂੰ ਉਧਾਰਾ ਦਿਓ, ਅਗਰ ਤੁਸੀਂ ਦੇਣਾ ਹੀ ਆ ਤੁਸੀਂ ਇਹ ਕਹਿ ਕੇ ਦੇ ਦਿਓ ਬਾਈ ਮੈਂ ਚੈਰਿਟੀ ਕਰ ਰਿਹਾ, ਇਹ ਮੇਰੇ ਵਾਪਸ ਨਹੀਂ ਆਉਣੇ, ਹੈ ਨਾ, ਇਹ ਸੋਚ ਕੇ ਦੇ ਦਿਓ, ਕੋਈ ਹੋਊ ਹਜ਼ਾਰਾਂ ਦੇ ਵਿੱਚੋਂ ਜਿਹੜਾ ਟਾਵਾਂ ਟੱਲਾ ਬੰਦਾ ਜਿਹੜਾ ਕੋਈ ਕਿਸੇ ਦਾ ਉਧਾਰ ਲਿਆ ਹੋਇਆ ਵਾਪਸ ਕਰਦਾ, ਇੱਥੇ ਨਹੀਂ ਕੋਈ ਕਰਦਾ, ਇਹ ਥੋੜ੍ਹੀਆਂ ਗੱਲਾਂ ਸੱਚੀਆਂ ਨੇ, ਕੌੜੀਆਂ ਵੀ ਲੱਗਣਗੀਆਂ ਸੁਣਨ ਵਾਲਿਆਂ ਨੂੰ, ਅਤੇ ਜਿਨ੍ਹਾਂ ਨੇ ਸੁਣਨੀਆਂ, ਹੈ ਨਾ, ਜਿਨ੍ਹਾਂ ਨੇ ਵਿਚਰਨਾ ਉਹ ਮੇਰੇ ਨਾਲ ਜ਼ਰੂਰ ਐਗਰੀ ਕਰਨਗੇ, ਜਿਹੜੇ ਸਿਚੁਏਸ਼ਨ 'ਚੋਂ ਲੰਘ ਚੁੱਕੇ ਨੇ, ਉਹ ਜਾਣੇ ਨੰਗੇ ਹੋਣਗੇ, ਹੈ ਨਾ, ਯਾਰੀ ਦਾ ਯਾਰ ਥੋੜ੍ਹਾ ਟਾਈਮ ਉੱਪਰ ਥੱਲੇ ਆਉਂਦਾ ਨਾ, ਥੋੜ੍ਹਾ ਡਰੋਪ ਹੁੰਦਾ ਬੰਦਾ, ਉਦੋਂ ਪਤਾ ਲੱਗਦਾ ਹੁੰਦਾ, ਕੋਈ ਟਾਈਮ ਸੀ ਸਲੂਨ ਖੋਲ੍ਹਿਆ, ਦੁਬਈ ਫਲੈਟ ਲਿਆ, ਇਕੱਲਾ ਰਹਿੰਦਾ ਹੁੰਦਾ ਸੀ ਤੂੰ, ਜਦੋਂ ਉੱਥੇ ਹੁੰਦਾ ਤੂੰ ਗੇੜਾ ਮਾਰਦਾ ਸੀ ਆਪਣੀ ਅਲਮੀਰਾ ਦੇ ਵਿੱਚ, ਉੱਪਰ ਦਾਰੂ ਦੀਆਂ ਬੋਤਲਾਂ ਪਈਆਂ ਹੁੰਦੀਆਂ ਸੀਗੀਆਂ, ਰਾਈਟ, ਹੈਂ, ਉਦੋਂ ਜੁੰਮਾ ਨੂੰ ਛੁੱਟੀ ਹੁੰਦੀ ਸੀ, ਰਾਈਟ, ਠੀਕ ਆ, ਉਦੋਂ ਪਤਾ ਵੀ ਨਹੀਂ ਹੁੰਦਾ ਸੀ ਸਾਡੇ ਫਲੈਟ ਦੇ ਵਿੱਚ ਕੌਣ ਕੌਣ ਆਉਂਦਾ ਸੀ, ਬਾਈ ਜੀ ਪਹੁੰਚ ਗਏ ਜੁੰਮੇ ਰਾਤ ਨੂੰ ਹੀ, ਬਾਈ ਜੀ ਪਹੁੰਚ ਗਏ ਅੱਜ, ਫਿਰ ਚਿਕਨ ਬਣਾ ਲਈ, ਚਿਕਾਏ ਕਰ ਲਈ, ਆਹ ਮੰਗਾ ਲਈ, ਉਹ ਕਰ ਲਈ, ਪਾਰਟੀ ਸਭ ਤੋਂ ਬਿਨਾਂ ਹੀ ਸਾਡੇ ਰੂਮਾਂ 'ਚ ਸਟਾਰਟ ਹੋ ਜਾਂਦੀ ਸੀ, ਉਦੋਂ ਯਾਰ ਬੜੇ ਹੁੰਦੇ ਸੀਗੇ, ਬਹੁਤ ਯਾਰ ਹੁੰਦੇ ਸੀਗੇ ਦੁਬਈ 'ਚ, ਜਿਵੇਂ ਇੰਡੀਆ ਨਹੀਂ ਆਪਾਂ ਕਾਲਜ ਟਾਈਮ ਸਕੂਲ ਟਾਈਮ ਜਾਂ ਬਹੁਤ ਯਾਰ ਹੋ ਜਾਂਦੇ ਆ, ਉਵੇਂ ਦੁਬਈ 'ਚ ਬਹੁਤ ਯਾਰ ਹੋ ਗਏ ਸੀ, ਥੋੜ੍ਹਾ ਜਿਹਾ ਕਰੋਨਾ ਆਇਆ ਸ਼ਰੋਨਾ ਆਇਆ, ਬਿਮਾਰ ਸ਼ਮਾਰ ਹੋਏ, ਡਰੋਪ ਗਏ, ਹੈ ਨਾ, ਸੜਾ ਇੱਕ ਵੀ ਨਹੀਂ ਦਿਖਿਆ, ਕਮ ਸੇ ਕਮ ਇੱਕ ਤਾਂ ਖੜੇ ਨਾਲ, ਸਹੀ ਗੱਲ ਆ, ਕੋਈ ਨਹੀਂ ਖੜੇ ਆ, ਇਹ ਕਹਾਣੀ ਸੱਚੀ ਆ, ਇਹ ਸਾਡੇ ਨਾਲ ਜਿਹੜੀ ਕਿ ਹੋਈ ਆ ਉਹ ਦੱਸ ਰਹੇ ਆ, ਤੇ ਬਾਕੀ ਤੁਹਾਨੂੰ ਮੈਂ ਦੱਸਾਂ ਜਿਹੜੇ ਯਾਰ ਨਹੀਂ ਸਾਰੇ ਬ੍ਰੋਕਰ ਆ ਯਾਰ, ਏਜੰਟ ਆ ਸਾਰੇ, ਕੋਈ ਯਾਰ ਨਹੀਂ ਹੈ ਇੱਥੇ ਏਜੰਟ, ਤੁਹਾਡੇ ਬਾਈ ਜੇ ਤੁਹਾਨੂੰ ਕਿਸੇ ਤੋਂ ਕੰਮ ਪੈ ਗਿਆ ਉਹ ਦੋਸਤ ਤੁਹਾਡਾ ਤਾਂ ਕੰਮ ਕਰਾਊਗਾ ਜੇ ਉਹ 'ਚ ਉਹਨੂੰ ਕਮਿਸ਼ਨ ਮਿਲਦਾ ਹੋਊਗਾ ਜਾਂ ਉਹਦਾ ਕੋਈ ਲਾਭ ਹੋਊਗਾ, ਕੋਈ ਫਾਇਦਾ ਹੋਊਗਾ, ਅਦਰਵਾਈਜ਼ ਨਹੀਂ, ਇੱਥੇ ਤੁਹਾਨੂੰ ਇੱਕ ਤੁਹਾਨੂੰ ਮੈਂ ਦੱਸਦਾ, ਜਿਹੜਾ ਬੰਦਾ ਕਰਦਾ ਹੋਵੇ ਸਲਾਮ ਅਲੈਕੁਮ ਬਾਈ ਜੀ, ਸਤਿ ਸ਼੍ਰੀ ਅਕਾਲ ਬਾਈ ਜੀ, ਹੋਰ ਤੁਹਾਡੀ ਖਿਦਮਤ ਬਾਈ ਜੀ, ਇਹਨਾਂ ਤੋਂ ਬਚਣਾ ਤੁਸੀਂ, ਇਹਨਾਂ ਤੋਂ ਬਚਣਾ, ਜਿਹੜਾ ਤੁਹਾਨੂੰ ਬੰਦਾ ਸਟੇਟ ਫੋਰਵਰਡ ਕਹਿੰਦਾ ਹਾਂਜੀ ਬਾਈ ਜੀ ਕੀ ਹਾਲ ਚਾਲ ਨੇ, ਉਹ ਸ਼ਾਇਦ ਕਿਤੇ ਨਾ ਕਿਤੇ ਜਾ ਕੇ ਥੋੜ੍ਹਾ ਸਟੈਂਡ ਅਪ ਕਰ ਸਟੈਂਡ ਕਰਦਾ ਹੋਊਗਾ, ਲੇਕਿਨ ਇਹਨਾਂ ਤੋਂ ਬਚਣਾ, ਅਲੈਕੁਮ ਬਾਈ ਜੀ ਖਿਦਮਤ, ਇਹਨਾਂ ਤੋਂ ਜ਼ਰੂਰ ਬਚਣਾ, ਇਹ ਭੈਣ 'ਚੋਂ ਜਿਹੜੀ ਜੜਾਂ 'ਚ ਦਾਤੀ ਪਾਉਂਦੇ ਆ ਨਾ, ਉਹ ਦਾਤੀ ਤੋਂ ਖਹਿੜਾ ਛੁਡਾਉਣਾ ਬਹੁਤ ਔਖਾ ਹੋ ਜਾਂਦਾ, ਸਮਝ ਗਏ, ਅਤੇ ਗੱਲ ਇਹਨੇ ਸਹੀ ਕਹੀ ਆ, ਪਈਆਂ ਹੁੰਦੀਆਂ ਸਾਰਾ ਕੁਛ ਅਯਾਸ਼ੀ ਮਾਰੀ ਆ, ਅਤੇ ਮੁੰਡੇ ਆਉਂਦੇ ਰਹੇ ਵੀ ਨੇ, ਯਾਰ ਦੋਸਤ ਵੀ ਆਉਂਦੇ ਰਹੇ ਨੇ, ਹੈ ਨਾ, ਫੁੱਲ ਅਯਾਸ਼ੀ ਚੱਲੀ ਆ ਕੁਛ ਟਾਈਮ, ਅਤੇ ਜਦੋਂ ਸਾਡਾ ਮਤਲਬ ਗ੍ਰਾਫ ਥੱਲੇ ਨੂੰ ਹੋਇਆ ਗ੍ਰਾਫ, ਅਸੀਂ ਕੋਈ ਆਪਦੀ ਨਾ ਕੰਡੀਸ਼ਨ ਦੱਸਦਾ ਨਹੀਂ ਹੁੰਦਾ ਸੋਸ਼ਲ ਮੀਡੀਆ 'ਤੇ, ਲੇਕਿਨ ਅਸੀਂ ਗੱਲ ਕਰਨ ਲੱਗੇ ਅੱਜ, ਅਸੀਂ ਡਰੈਗ ਹੋਏ ਹਾਂ, ਅਤੇ ਉਹ ਵੀ ਬਿਮਾਰ ਹੋ ਗਿਆ ਇਹ,
ਹੈ ਨਾ, ਕਰੋਨਾ ਆ ਗਿਆ, ਮਤਲਬ ਸਿਚੁਏਸ਼ਨਸ ਬਣਦੀਆਂ ਰਹਿੰਦੀਆਂ ਨੇ। ਤੇ ਉੱਠੇ ਵੀ ਆ ਅਸੀਂ, ਵਾਪਸ ਵੀ ਟਰੈਕ ਤੇ ਆਏ ਆ, ਹੈ ਨਾ। ਲੇਕਿਨ ਸਾਨੂੰ ਇੱਕ ਸਬਕ ਸਿੱਖਣ ਨੂੰ ਮਿਲ ਗਿਆ, ਸਾਨੂੰ ਸਬਕ ਸਿੱਖਣ ਨੂੰ ਮਿਲ ਗਿਆ। ਔਰ ਸਬਕ ਤਾਂ ਆਪਾਂ ਫਿਰ ਦੁਬਾਰਾ ਵੀਡੀਓ ਸਟਾਰਟ ਕਰਦੇ ਆ, ਪੈਟਰੋਲ ਪਵਾ ਲਈਏ। ਅੱਛਾ, ਆਪਾਂ ਕੰਟੀਨਿਊ ਕਰਦੇ ਹਾਂ ਆਪਾਂ ਨੇ ਗੱਲਾਂ, ਟੋਪਿਕ ਜਿਹੜਾ ਹੈਗਾ ਸਿੱਖਣ ਨੂੰ ਸਾਨੂੰ, ਮਤਲਬ ਟਾਈਮ ਤਾਂ ਲੰਘ ਗਿਆ, ਆਉਂਦਾ ਤਾਂ ਲੰਘ ਜਾਂਦਾ ਆਪਾਂ, ਲੇਕਿਨ ਸਾਨੂੰ ਟਾਈਮ ਸਬਕ ਸਿਖਾ ਗਿਆ ਕਿ ਬਈ ਜਿਹੜੀ ਦੁਬਈ ਦੀ ਜਾ ਰਹੀ ਆ ਉਹ ਕਿਸੇ ਕੰਮ ਦੀ ਨਹੀਂ, ਉਹ ਜ਼ੀਰੋ ਆ। ਦੁਬਈ ਦੀ ਜਾ ਰਹੀ ਆਪਾਂ ਐਲ ਬਣਾ ਕੇ ਪੂਰਾ ਤਾਂ ਨਹੀਂ ਲਿਖ ਸਕਦੇ, ਤੋਂ ਮਾਰੀ ਲਿਖ ਦੇਣਾ, ਠੀਕ ਆ, ਟਾਈਟਲ ਵੀ ਇਹੀ ਰੱਖਣਾ, ਕੋਈ ਵੱਡੀ ਗੱਲ ਨਹੀਂ। ਅਤੇ ਹੋਰ ਸਾਨੂੰ ਜ਼ਰੂਰ ਦੱਸ ਦਿਓ ਵੀ ਦੁਬਈ ਦੇ ਵਿੱਚ ਕਿਹਦੇ ਕਿਹਦੇ ਨਾਲ ਇੱਦਾਂ ਹੋਇਆ, ਵੀ ਤੁਹਾਡੇ ਨਾਲ ਕਿਸੇ ਟਾਈਮ ਯਾਰ ਦੋਸਤ ਖੜ੍ਹਦੇ ਵੀ, ਜਾਂ ਯਾਰ ਦੋਸਤ ਤੁਹਾਡੇ ਰੂਮਾਂ 'ਚ ਆਉਣ, ਜਾਂ ਨਾ ਗੱਲਬਾਤ ਗਰੁੱਪਬਾਜ਼ੀ ਹੁੰਦੀ ਆ, ਅਤੇ ਜਦੋਂ ਤੁਹਾਡੇ 'ਤੇ ਟਾਈਮ ਆਇਆ ਕੋਈ ਵੀ ਮਾੜਾ ਧੀੜਾ ਟਾਈਮ ਆਉਂਦਾ, ਹੈ ਨਾ, ਅਤੇ ਉਦੋਂ ਤੁਹਾਡੇ ਨਾਲ ਕੀ ਸਲੂਕ ਹੋਇਆ, ਜਾਂ ਤੁਹਾਡੇ ਨਾਲ ਕੋਈ ਯਾਰ ਦੋਸਤ ਖੜ੍ਹਿਆ ਜਾਂ ਨਹੀਂ ਖੜ੍ਹਿਆ, ਹੈ ਨਾ। ਉਹ ਚੀਜ਼ ਗਲਤ ਬੰਦੇ ਨਾਲ ਨਹੀਂ ਮੈਂ ਕਹਿੰਦਾ, ਜੇ ਕਿਸੇ ਨੇ ਕੋਈ ਗਲਤ ਕੰਮ ਕੀਤਾ ਜਾਂ ਕੋਈ ਐਵੇਂ ਲੋਕਾਂ ਨੂੰ ਲੁੱਟ ਖੋਹ ਕਰਕੇ ਕਹਦੇ ਬਈ ਮੈਂ ਲੋਕਾਂ ਨੂੰ ਲੁੱਟਿਆ ਅਤੇ ਮੇਰਾ ਯਾਰ ਦੋਸਤ ਦੀ ਗੱਲ ਨੂੰ ਖੜ੍ਹਿਆ ਕੋਈ, ਉਹਦੀ ਗੱਲ ਨਹੀਂ ਕਰਦਾ ਮੈਂ, ਸਿੱਧੇ ਇਮਾਨਦਾਰ ਲੋਕਾਂ ਦੀ, ਬਿਜ਼ਨਸਮੈਨ ਜਿਹੜੇ ਹੈਗੇ ਆ ਦੁਬਈ ਦੇ ਵਿੱਚ ਉਹਨਾਂ ਦੀ ਗੱਲ ਕਰਦਾ ਮੈਂ, ਅਤੇ ਹੈ ਕਿ ਨਹੀਂ ਦੱਸਿਓ ਜ਼ਰੂਰ। ਆਪਣੀਆਂ ਕੰਟਰੀ ਦੇ ਵਿੱਚ ਲੋਕ ਲੁੱਟਦੇ ਨੇ, ਤੁਹਾਨੂੰ ਪਤਾ ਲੱਗ ਜੂ ਸਾਰਾ ਲੁੱਟਣ ਆਇਆ, ਪਤਾ ਸ਼ਕਲ ਤੋਂ ਪਤਾ ਲੱਗ, ਲੇਕਿਨ ਇੱਥੇ ਸੂਟਡ ਬੂਟਡ ਹੋਣਗੇ, ਪੂਰੇ ਟਾਈ ਸ਼ਾਈ ਲਾ ਕੇ ਐਂ ਗੁੰਮਰਾਹ ਕਰਦੇ, ਹਾਂ ਵੈਲ ਐਜੂਕੇਟਡ, ਐਂ ਗੁੰਮਰਾਹ ਕਰਨਗੇ ਤੁਹਾਨੂੰ ਕਿ ਬਸ ਯਾਰ ਕੀ ਆ ਨੇ ਭੈਣ ਚੋਂ ਹਾਈ ਫਾਈ ਬੰਦਾ ਮੈਨੂੰ ਗਾਈਡ ਕਰ ਰਿਹਾ, ਹੈ ਨਾ। ਅਤੇ ਇੱਦਾਂ ਲੋ ਯਾਰ, ਇੱਥੇ ਚਾਹੇ ਸੂਟਡ ਬੂਟਡ ਆ ਚਾਹੇ ਦੂਜਾ, ਲੋਕਾਂ ਨੂੰ ਐਂ ਲੱਗਦਾ ਵੀ ਅਸੀਂ ਬਹੁਤ ਸਮਾਰਟ ਹਾਂ, ਇਹ ਭੈਣ ਚੋਂ ਫੁੱਦੂ ਹੀ ਆ, ਮੈਂ ਇਹਨੂੰ ਫੁੱਦੂ ਬਣਾ ਲਿਆ। ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਉਹ ਇਸ ਟਾਈਮ ਫੁੱਦੂ ਬਣ ਰਿਹਾ ਬੰਦਾ, ਉਹ ਇਸ ਟਾਈਮ ਫੁੱਦੂ ਬਣ ਰਿਹਾ ਕਿਉਂਕਿ ਉਹਨੂੰ ਵੀ ਲੋੜ ਆ। ਬੜੇ ਲੋਕ ਸਮਝ ਰਹੇ ਆਪਦੇ ਸਮਾਰਟ ਸਮਝ ਰਹੇ, ਅੱਜ ਦੇ ਟਾਈਮ ਦੇ ਵਿੱਚ ਸਮਾਰਟ ਕੋਈ ਨਹੀਂ ਕਿਸੇ ਤੋਂ ਬਣ ਸਕਦਾ, ਸਭ ਤੇਜ਼ ਹੀ ਨੇ। ਉਹ ਗੱਲ ਵੱਖਰੀ ਹੈ ਕਿ ਤੁਹਾਨੂੰ ਤੁਹਾਡੇ ਮੂੰਹ ਤੇ ਬੋਲ ਕੇ ਤੁਹਾਨੂੰ ਝਾੜ ਕੇ ਅਗਲਾ ਬੇਇੱਜ਼ਤੀ ਨਹੀਂ ਕਰਨਾ ਚਾਹੁੰਦਾ, ਸਪੈਸ਼ਲੀ ਆਪਾਂ, ਹੈ ਨਾ, ਸਾਡੇ ਮੂੰਹ ਤੇ ਸਾਨੂੰ ਕੋਈ ਆ ਕੇ ਸਾਨੂੰ ਹੀ ਪੜ੍ਹਾਵੇ, ਹੈ ਨਾ, ਹਾਊ ਟੂ ਡੂ ਬਿਜ਼ਨਸ, ਅਤੇ ਸਾਨੂੰ ਹੀ ਉਹ ਵੱਡਾ ਬਣ ਕੇ ਦਿਖਾਵੇ ਸਾਡੇ ਮੂਹਰੇ ਹੀ ਸਾਡੀ ਕੁਰਸੀ 'ਤੇ ਬਹਿ ਕੇ ਹੀ, ਅਤੇ ਉਹ ਮਜ਼ਾ ਜਿਹਾ ਨਹੀਂ ਆਉਂਦਾ ਨਾ। ਅਸੀਂ ਉਹਨੂੰ ਝਾੜ ਸਕਦੇ ਹਾਂ ਬੰਦੇ ਨੂੰ ਬੈਠ ਕੇ, ਜਾਂ ਆਪਾਂ ਬੰਦੇ ਨੂੰ ਚੰਗੀ ਤਰ੍ਹਾਂ ਇਹ ਦੋ ਗੱਲਾਂ ਸੁਣਾ ਵੀ ਸਕਦੇ ਹਾਂ, ਲੇਕਿਨ ਉਹ ਮਨ ਨਹੀਂ ਕਰਦਾ ਕਿ ਯਾਰ ਚੱਲ ਸਾਡੇ ਕੋਲ ਆਇਆ ਬੈਠਾ ਅਤੇ ਇਹਦੀ ਵੀ ਆਪਾਂ ਇੰਸਲਟ ਕਿਉਂ ਕਰਨੀ ਹੈ। ਉਹ ਫਿਰ ਉਹ ਇੰਨੇ 'ਚ ਉਹ ਬੰਦਾ ਚੌੜਾ ਹੋ ਜਾਂਦਾ ਕਿ ਯਾਰ ਮੈਂ ਤਾਂ ਇਹਨਾਂ ਨੂੰ ਸਿਖਾਤਾ ਸਾਰਾ ਕੁਛ, ਹੈ ਨਾ, ਆਉਂਦੇ ਆ ਸਾਡੇ ਕੋਲ ਆਉਂਦੇ ਆ, ਅਤੇ ਜਦੋਂ ਪਾਣੀ ਐਨ ਸਿਰੋਂ ਵਗ ਜਾਂਦਾ ਉੱਤੇ ਨੂੰ ਚੜ੍ਹ ਜਾਂਦਾ ਲੰਘ ਜਾਂਦਾ, ਫਿਰ ਅਸੀਂ ਮਤਲਬ ਬੋਲ ਦਿੰਦੇ ਕਿ ਨਹੀਂ ਭਰਾ ਤੂੰ ਗਲਤ ਆ, ਤੇਰੇ ਵਰਗੇ 36 ਕੇ ਅਸੀਂ ਇੱਥੇ ਬੈਠੇ ਹਾਂ, ਸਹੀ ਆ, ਅਤੇ ਸਾਨੂੰ ਪੜ੍ਹਾਉਣ ਦੀ ਲੋੜ ਨਹੀਂ ਕੋਈ, ਹੁਣ ਵੀ ਇੱਦਾਂ ਹੀ ਆ ਅਤੇ ਅੱਗੇ ਵੀ ਇੱਦਾਂ ਹੀ ਰਹਿਣਾ ਵਾ। ਜੋ ਜ਼ਬਾਨ ਕਰਤੀ, ਜੋ ਜ਼ਬਾਨ 'ਚੋਂ ਲਫ਼ਜ਼ ਨਿਕਲ ਗਿਆ ਉਹੀ ਸਟੈਂਡ ਆ, ਔਰ ਗਲਤ ਲਫ਼ਜ਼ ਕਦੇ ਕੱਢਦੇ ਨਹੀਂ ਆ, ਰੋਂਗ ਜਾਂ ਝੂਠਾ ਕਿਸੇ ਦੀ ਹੱਕ ਹਲਾਲ ਦਾ ਜਾਂ ਕਿਸੇ ਨੂੰ ਆਪਾਂ ਯਾਰ ਮਾਰ ਕਰੀਏ ਜਾਂ ਕਿਸੇ ਦਾ ਪੈਸਾ ਦੱਬੀਏ, ਹੈ ਨਾ, ਨਹੀਂ ਉਹ ਨਹੀਂ, ਉਹ ਕੰਮ ਨਹੀਂ ਹੈਗਾ ਆਪਣੇ ਕੋਲ। ਅਤੇ ਮੈਂ ਵੈਸੇ ਸਫਾਈ ਕਿਉਂ ਦੇ ਰਿਹਾ, ਬਣਦੀ ਨਹੀਂ ਹੈਗੀ, ਕਿਉਂਕਿ ਹਰ ਇੱਕ ਬੰਦਾ ਆਪਦੇ ਆਪ ਨੂੰ ਬੈਟਰ ਕਹਿੰਦਾ, ਹਰ ਇੱਕ ਬੰਦਾ ਆਪਦੇ ਆਪ ਨੂੰ ਮਾੜਾ ਤਾਂ ਕਹਿੰਦਾ ਹੀ ਨਹੀਂ, ਹੈ ਨਾ, ਹਰ ਇੱਕ ਬੰਦਾ ਕਹੂਗਾ ਮੈਂ ਯਾਰ ਵਧੀਆ ਵਾਂ, ਮੈਂ ਇਹ ਹਾਂ ਉਹ ਹਾਂ, ਹੈ ਨਾ। ਅਤੇ ਜਿਹੜਾ ਬੋਲੂਗਾ ਵਰਤੂਗਾ ਪਤਾ ਤਾਂ ਉਹਨੂੰ ਲੱਗੂਗਾ, ਜੇ ਅਸੀਂ ਮਾੜਿਆ ਸਾਨੂੰ ਕੋਈ ਗਾਲਾਂ ਕੱਢ ਲੂਗਾ, ਠੀਕ ਹੈ, ਜੇ ਅਗਲਾ ਮਾੜਾ ਅਸੀਂ ਉਹਨੂੰ ਕੱਢ ਲਾਂਗੇ, ਸਮਝ ਗਿਆ। ਇਹੀ ਆ ਦੁਬਈ ਦੀ ਯਾਰੀ, ਤੂੰ ਬਚ ਕੇ ਅਤੇ ਆਪਦਾ ਕੰਮ ਤੋਂ ਮਤਲਬ ਰੱਖੋ, ਇੱਥੇ ਕੋਈ ਕਿਸੇ ਦਾ ਨਹੀਂ। ਇੱਥੇ ਯਾਰ ਤੁਸੀਂ ਕੋਈ ਭੋਰਾ ਕੁ ਚੀਜ਼ ਲੈਣ ਜਾਓ, ਲੋਕ ਕਮਿਸ਼ਨ ਭਾਲਣ ਲੱਗ ਜਾਂਦੇ ਨੇ, ਹਾਂ 100 ਪਿੱਛੇ ਕਮਿਸ਼ਨ ਭਾਲਦੇ ਇੱਥੇ ਦਾ ਥੋੜ੍ਹਾ। ਤੁਸੀਂ ਯਾਰ ਯਾਰ ਤੋਂ ਹੀ ਰੇਟ ਪੁੱਛੋ ਨਾ ਵੀ ਯਾਰ, ਉਦੋਂ ਪੁੱਛ ਕੇ ਦੱਸੀ ਮਤਲਬ ਮੈਨੂੰ ਆਹ ਚੀਜ਼ ਚਾਹੀਦੀ ਹੈ ਤਾਂ ਗੱਡੀ ਆਪਾਂ ਲੈ ਲੈਂਦੇ ਹਾਂ ਨਾ, ਦਵਾ ਦੇ ਮੈਨੂੰ, ਅਤੇ ਮੂਹਰੇ ਅਗਰ ਸਮਝ ਲਾ 20,000 ਦੀ ਗੱਡੀ ਖੜੀ ਤਾਂ ਮੂਹਰੋਂ ਤੈਨੂੰ ਉਹਨੇ 22 ਹੀ ਦੱਸਣਾ 2,000 ਵਿੱਚ ਰੱਖ ਕੇ, ਠੀਕ ਹੈ ਨਾ। ਇੱਦਾਂ ਦੇ ਯਾਰ ਦੋਸਤ ਨੇ ਇੱਥੇ, ਗੱਲਾਂ ਤਾਂ ਬਹੁਤ ਨੇ ਲੇਕਿਨ ਆਪਣੇ ਕੋਲ ਟਾਈਮ ਹੋਣਾ ਨਹੀਂ, ਬਹੁਤ ਲੰਬੀ ਚੱਲੀ ਜਾਣਾ ਵੀਡੀਓ ਨੇ, ਅਤੇ ਜਿਹੜੀਆਂ ਮੈਂ ਮੇਨ ਗੱਲਾਂ ਤੁਹਾਨੂੰ ਦੱਸਦੀ ਹਾਂ, ਹੈ ਨਾ, ਨੋਟ ਓਨਲੀ ਦੁਬਈ, ਜਿੱਥੇ ਵੀ ਬੈਠੇ ਹੋ ਜਾਂ ਕੋਈ ਸਾਡੀ ਕੋਈ ਵੀਡੀਓ ਦੇਖਦਾ ਜਾਂ ਕੁਛ ਵੀ, ਤਾਂ
ਪਲੀਜ਼ ਸ਼ੇਅਰ ਕਰਵਾ ਦੇ ਲਾਈਫ ਦੇ ਐਕਸਪੀਰੀਅੰਸ ਕਮੈਂਟ ਵਿੱਚ ਹੈ ਨਾ। ਹੋਰ ਦੱਸ ਤੂੰ ਅੱਜ ਦਾ ਪਲੈਨ ਇਹ ਹੈ ਵੀ ਅੱਜ ਚੱਲਿਆ ਸੀ ਥੋੜ੍ਹਾ ਜਿਹਾ ਕੰਮ ਦੁਬਈ ਦੇ ਵਿੱਚ, ਉਸ ਤੋਂ ਬਾਅਦ ਫਿਰ ਅਸੀਂ ਜਾਣਾ ਜਬਲ ਅਲੀ, ਫਿਰ ਘਰ ਵਾਪਸੀ, ਫਿਰ ਬਸ ਸਹੀ ਆ। ਚਲੋ ਮਿਲਦਾ ਨੈਕਸਟ ਸਟੇਸ਼ਨ, ਠੀਕ ਹੈ ਜੀ, ਬਾਬਾ, ਥੈਂਕ ਯੂ।